ਗੁਰ ਸਿੱਖਾਂ ਮਨ ਵਧਾਈਆਂ, ਜਿੰਨੀ ਮੇਰਾ ਸਤਿਗੁਰ ਡਿੱਠਾ ਰਾਮ ਰਹਿਜੇ। ਵਧਾਈ ਕਾਹਦੀ? ਇਹ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਮਹਾਂਪੁਰਖਾਂ ਦਾ ਬਚਨ ਹੈ। ਕਹਿੰਦੇ ਜਿਹਦੀ ਸੇਵਾ ਤੋਂ ਗੁਰੂ ਖੁਸ਼ ਹੋਵੇ ਉਹਨੂੰ ਕੀ ਦਿੰਦਾ? ਤੇ ਆਪ ਹੀ ਬਚਨ ਕਰਨਾ। ਕਹਿੰਦੇ ਜਿਹਦੀ ਸੇਵਾ ਤੋਂ ਗੁਰੂ ਪ੍ਰਸੰਨ ਹੋ ਜੇ ਉਹਦੀ ਝੋਲੀ ਚ ਹੋਰ ਸੇਵਾ ਪਾ ਦਿੰਦਾ ਜੀ। ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਤੇ ਤੁਹਾਡੀ ਸਾਰਿਆਂ ਦੀ ਸੇਵਾ ਤੇ ਗੁਰੂ ਰਾਮਦਾਸ ਤਰੁੱਠ ਪਏ ਨੇ, ਬਾਬਾ ਦੀਪ ਸਿੰਘ ਜੀ ਤਰੁੱਠ ਪਏ ਨੇ। ਤੁਹਾਡੀ ਝੋਲੀ ਦੇ ਵਿੱਚ ਇੱਕ ਵੱਡੀ ਸੇਵਾ ਪਾਤੀ ਹੋਰ, ਉਹ ਪਤਾ ਕੀ? ਹਰਿਮੰਦਰ ਸਾਹਿਬ ਦੇ ਬਿਲਕੁਲ ਕੋਲ ਪਾਪੜਾਂ ਵਾਲਾ ਬਾਜ਼ਾਰ ਹੈ, ਸਭ ਨੂੰ ਪਤਾ ਜਿਹੜੇ ਅੰਮ੍ਰਿਤਸਰ ਸ਼ਹਿਰ ਤੋਂ ਜਾਣਾ। 2 ਮਿੰਟ ਦਾ ਪੈਦਲ ਰਸਤਾ ਹੈ ਦਰਬਾਰ ਸਾਹਿਬ ਤੋਂ। ਉੱਥੇ 300 ਗਜ਼ ਜਗ੍ਹਾ ਸਰਾਂ ਦੇ ਵਾਸਤੇ ਗੁਰੂ ਰਾਮਦਾਸ ਜੀ ਨੇ ਤੁਹਾਡੀ ਸਾਰਿਆਂ ਦੀ ਝੋਲੀ 'ਚ ਪਾ ਦਿੱਤੀ ਹੈ। ਇੱਕ ਲੱਖ ਰੁਪਇਆ ਉੱਥੇ ਇੱਕ ਗਜ਼ ਦਾ ਭਾਅ ਹੈ ਜਗ੍ਹਾ ਦਾ, 300 ਗਜ਼ ਜਗ੍ਹਾ ਹੈ, ਤਕਰੀਬਨ 3 ਕਰੋੜ ਦੀ ਉਹ ਜਗ੍ਹਾ ਹੈ। ਖੁਦ ਧੰਨ ਗੁਰੂ ਰਾਮਦਾਸ ਜੀ। ਮੇਰੀ ਬੇਨਤੀ ਸਾਰੀ ਸੰਗਤ ਦੇ ਚਰਨਾਂ ਦੇ ਵਿੱਚ, ਤੇ ਦਸਵੰਧ ਵੱਲ ਵੱਧ ਤੋਂ ਵੱਧ ਧਿਆਨ ਦੇ ਕੇ, 1 ਲੱਖ ਰੁਪਇਆ ਇੱਕ ਗਜ਼ ਦਾ ਉੱਥੇ ਰੇਟ ਹੈ। 1 ਗਜ਼ ਦੀ ਸੇਵਾ ਕੋਈ ਕਰ ਸਕੇ ਚੰਗੀ ਗੱਲ, 1/2 ਗਜ਼ ਦੀ, 1/2 ਗਜ਼ ਦੀ, 10 ਸਰੀਰ ਮਿਲ ਕੇ ਸੇਵਾ ਕਰ ਲਓ, 20 ਸਰੀਰ ਮਿਲ ਕੇ ਸੇਵਾ ਕਰ ਲਓ, ਜਦੋਂ ਘਰ ਦੇ ਵਿੱਚ ਲੋੜ ਹੋਵੇ ਫਿਰ ਸਾਰੇ ਮੋਢੇ ਨਾਲ ਮੋਢਾ ਜੋੜ ਕੇ ਸਾਥ ਦੇ, ਫਿਰ ਗੁਰੂ ਦੀ ਖੁਸ਼ੀ ਮਿਲਦੀ ਹੈ। ਤੇ ਉੱਥੇ ਕੋਈ ਮੇਰਾ ਘਰ ਨਹੀਂ ਬਣਨਾ, ਉੱਥੇ ਸਰਾਂ ਬਣਨੀ, ਜਿਹੜੀਆਂ ਸੰਗਤਾਂ ਨੇ ਆਉਣਾ ਹਰਿਮੰਦਰ ਸਾਹਿਬ ਦਰਸ਼ਨ ਇਸ਼ਨਾਨ ਵਾਸਤੇ। ਤੇ ਪਿਆਰਿਓ, ਜਦੋਂ ਸੰਗਤ ਦੀ ਰਿਹਾਇਸ਼ ਦੀ ਫਿਕਰ ਤੁਸੀਂ ਕਰੋਗੇ ਨਾ, ਸੱਚੀ ਗੱਲ ਕਹਿਣਾ, ਲੋਕ ਵਿੱਚ ਤੇ ਪਰਲੋਕ ਵਿੱਚ ਤੁਹਾਡੇ ਪਰਦਿਆਂ ਨੂੰ ਢੱਕਣ ਦੀ ਜ਼ਿੰਮੇਵਾਰੀ ਗੁਰੂ ਰਾਮਦਾਸ ਆਪਣੀ ਝੋਲੀ 'ਚ ਪਵਾ ਲੈਣਗੇ। ਆਖੋ ਧੰਨ ਗੁਰੂ ਰਾਮਦਾਸ ਜੀ, ਧੰਨ ਗੁਰੂ ਰਾਮਦਾਸ। ਭਾਈ ਆਦਮ ਨੇ ਸੰਗਤ ਦੀ ਸੇਵਾ ਕੀਤੀ ਸੀ, ਸੇਵਾ ਔਲਾਦ ਨਹੀਂ ਸੀ ਘਰ ਦੇ ਵਿੱਚ, ਪਰ ਮਰਨ ਨੂੰ ਏਡਾ ਫਿਕਰ ਲੱਗ ਗਿਆ, ਆਦਮ ਤੂੰ ਏਡੀ ਭਾਵਨਾ ਨਾਲ ਸੇਵਾ ਕੀਤੀ, ਤੇਰੇ ਕਰਮਾਂ 'ਚ ਪੁੱਤ ਨਹੀਂ, ਪਰ ਤੇਰੇ ਨਾਲ ਬਚਨ ਕਰਦੇ ਆ, ਹੁਣ ਸਾਡਾ ਚੌਥਾ ਪੁੱਤ ਸਾਡੇ ਘਰ ਨਹੀਂ ਆਏਗਾ, ਉਹ ਤੇਰੇ ਘਰ ਆਏਗਾ। ਨਾਮ ਭਾਈ ਭਗਤੂ ਰੱਖੀ ਬੜੀ ਕਰਨੀ ਤੇ ਕਮਾਈ ਵਾਲਾ ਹੋਏਗਾ। ਇਹ ਮੇਰੀ ਬੇਨਤੀ ਹੈ। ਵੱਡਾ ਕੁੰਭ ਸੇਵਾ ਦਾ ਮਰਨ ਹੋਰ ਝੋਲੀ 'ਚ ਪਾਤਾ, ਤੇ ਇਹ ਆਪਣੇ ਆਪਣੇ ਦਸਵੰਧ ਵਿੱਚੋਂ ਜਿਵੇਂ ਜਿਵੇਂ ਤੁਹਾਡੇ ਅੰਦਰੋਂ ਆਵਾਜ਼ ਆਵੇ, 1 ਗਜ਼ ਦੀ, 2 ਗਜ਼ ਦੀ, 5 ਗਜ਼ ਦੀ ਸੇਵਾ, 1/2 ਗਜ਼ ਦੀ, ਉਹ ਤੋਂ 1/2, ਜਿਵੇਂ ਜਿਵੇਂ ਗੁਰੂ ਤੁਹਾਨੂੰ ਪ੍ਰੇਰਨਾ ਕਰੇ, ਇਹ ਮੇਰੀ ਬੇਨਤੀ। ਪੂਰਾ ਹੱਲਾ ਲਾ ਦਿਓ, ਪੂਰਾ ਜ਼ੋਰ ਲਾ ਦਿਓ, ਤਾਂ ਜੋ ਇਹ ਸਾਰੇ ਸਰਾਂ ਦੇ ਕਾਰਜ ਸਮੇਂ ਸਿਰ ਹੋਣ, ਔਰ ਉੱਥੇ ਫਿਰ ਉਹ ਸਾਰੀ ਸ਼ੁਰੂ ਕਰੀਏ। 1 ਲੈਂਟਰ ਪਿਆ ਹੋਇਆ ਮਹਾਰਾਜ ਜੀ ਦੀ ਮਿਹਰ ਨਾਲ, ਇਹ ਕੋਸ਼ਿਸ਼ ਕਰਾਂਗੇ 1-1.5 ਮਹੀਨੇ ਬਾਅਦ ਇੱਕ ਪ੍ਰੋਗਰਾਮ ਉੱਥੇ ਰੱਖ ਲਾਂਗੇ, ਸਾਰੀ ਸੰਗਤ ਦੀ ਨਿਗਾਹ ਵੀ ਚਰਨ ਵੀ ਪੈ ਜਾਣਗੇ, ਤੇ ਤੁਹਾਡੇ ਧਿਆਨ ਵਿੱਚ ਆ ਜਾਏਗੀ ਉਹ ਜਗ੍ਹਾ ਸਾਰਿਆਂ ਦੇ। ਤੇ ਦਰਬਾਰ ਸਾਹਿਬ ਤੋਂ ਪੈਦਲ 2 ਮਿੰਟ ਦਾ ਰਾਹ ਹੈ ਪਾਪੜਾਂ ਵਾਲੇ ਬਾਜ਼ਾਰ, ਉੱਥੇ 300 ਗਜ਼ ਜਗ੍ਹਾ ਮਿਲੀ ਹੈ ਮਹਾਰਾਜ ਜੀ ਦੀ ਮਿਹਰ ਦੇ ਨਾਲ, ਤੇ ਤੁਸੀਂ ਅਸੀਸ ਦੇਣੀ। ਇਹ ਸਾਰੇ ਕਾਰਜ ਸਮੇਂ ਸਿਰ ਤੇ ਗੁਰੂ ਦੀ ਬਖਸ਼ਿਸ਼ ਦਾ ਸਦਕਾ ਹੋਣ। ਅਕਾਊਂਟ ਡਿਟੇਲਾਂ ਜੋ TV ਸਕਰੀਨ ਦੇ ਉੱਤੇ ਚੱਲਦੀਆਂ, ਕਿਸੇ ਵੀ ਅਕਾਊਂਟ 'ਚ ਸੇਵਾ ਪਾ ਕੇ ਟਰੱਸਟ ਦੇ ਨੰਬਰਾਂ 'ਤੇ ਤੁਸੀਂ ਦੱਸ ਸਕਦੇ ਹੋ, ਤਾਂ ਜੋ ਤੁਹਾਨੂੰ ਰਸੀਦ ਸਤਿਕਾਰ ਭੇਜਿਆ ਜਾ ਸਕੇ, ਅਤੇ ਆਪਣੀ ਸੇਵਾ ਸਾਨੂੰ ਫੋਨਪੇ ਗੂਗਲ ਪੇ ਵੀ ਕਰ ਸਕਦੇ, ਉਹ ਵੀ ਨੰਬਰ TV ਸਕਰੀਨ 'ਤੇ ਚੱਲਦਾ। 24 ਨਵੰਬਰ ਆ ਰਹੀ ਐਤਵਾਰ ਦਾ ਦਿਨ ਹੈ, ਬੀੜ ਬਾਬਾ ਬੁੱਢਾ ਜੀ ਚਬਾਲ, ਬਾਬਾ ਬੁੱਢਾ ਜੀ ਦਾ ਪਾਵਨ ਪਵਿੱਤਰ ਅਸਥਾਨ ਹੈ ਬੀੜ ਬਾਬਾ ਬੁੱਢਾ ਜੀ, ਅਸੀਂ ਕਹਿੰਦੇ ਬਾਬੇ ਬੁੱਢੇ ਦੀ ਬੀੜ ਵੀ ਕਈ ਪਿਆਰ ਨਾਲ ਕਹਿ ਦਿੰਦੇ ਹਾਂ। ਉਸ ਜਗ੍ਹਾ ਦੇ ਉੱਤੇ 24 ਤਰੀਕ ਨੂੰ ਐਤਵਾਰ ਰਾਤੀ ਰਹਿਣ ਸਭਾਈ ਰੱਖੀ ਹੈ 9 ਤੋਂ 3 ਵਜੇ ਤੱਕ। ਸੁਣਿਓ ਧਿਆਨ ਨਾਲ, ਰਾਤੀ 9 ਤੋਂ 3 ਵਜੇ ਤੱਕ ਉੱਥੇ ਰਹਿਣ ਸਭਾਈ ਸਮਾਗਮ ਰੱਖਿਆ 24 ਨਵੰਬਰ ਨੂੰ।
ਤੇ ਮੇਰੀ ਸਾਰੇ ਪਰਿਵਾਰਕ ਮੈਂਬਰਾਂ ਦੇ ਚਰਨਾਂ 'ਚ ਬੇਨਤੀ ਹੈ, 100-100, 200-200 ਪ੍ਰੇਮੀਆਂ ਨੂੰ ਪ੍ਰੇਰਨਾ ਕਰਕੇ ਲਿਆਉਣਾ ਸਭ ਨੇ। ਬੜਾ ਵੱਡਾ ਹਾਲ, ਜਿਵੇਂ ਪਾਵਿੰਡ ਸਾਹਿਬ ਹਾਲ ਹੈ ਨਾ ਵੱਡਾ, ਉਤੋਂ ਵੀ ਡਬਲ ਹਾਲ ਹੈ, ਵੱਡਾ ਹਾਲ। ਅੰਦਰ 25-30 ਹਜ਼ਾਰ ਬੰਦਾ ਬਹਿ ਸਕਦਾ, ਏਡਾ ਵੱਡਾ ਹਾਲ ਹੈ। ਤੇ 100-100 ਪ੍ਰੇਮੀਆਂ ਨੂੰ, 200-200 ਪ੍ਰੇਮੀਆਂ ਨੂੰ ਆਪ ਪ੍ਰੇਰਨਾ ਕਰਕੇ ਲਿਆਇਓ। ਇਹ ਵੱਡਾ ਸਥਾਨ ਹੈ, ਇਹ ਉਹੀ ਅਸਥਾਨ ਹੈ ਜਿਸ ਅਸਥਾਨ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਮਾਂ ਗੰਗਾ ਜੀ ਨੂੰ ਭੇਜਿਆ ਸੀ ਬਾਬਾ ਬੁੱਢਾ ਜੀ ਦੇ ਕੋਲੋਂ ਪੁੱਤਰ ਦੀ ਦਾਤ ਲੈਣ ਵਾਸਤੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਜਦੋਂ ਬਾਬੇ ਬੁੱਢੇ ਨੇ ਭੰਨਿਆ ਸੀ ਗੰਢਾ ਤੇ ਮੁੱਖੋਂ ਵਰ ਦਿੱਤਾ ਸੀ, ਮਾਂ ਜੀ ਇਹੋ ਜਿਹੇ ਪੁੱਤ ਘਰ ਵਿੱਚ ਆਏਗਾ ਜਿਵੇਂ ਅਸੀਂ ਇਹ ਗੰਢਾ ਭੰਨਿਆ, ਉਹ ਵੈਰੀਆਂ ਦੇ ਸਿਰ ਭੰਨੇਗਾ। ਸ਼ੁਕਰਾਨੇ ਮੇਰੀ ਬੇਨਤੀ ਹੈ, 100-100 ਪ੍ਰੇਮੀਆਂ ਨੂੰ, 200-200 ਪ੍ਰੇਮੀਆਂ ਨੂੰ ਕੋਲੋਂ ਦਸਵੰਧ ਦੇ ਵਿੱਚੋਂ ਬੱਸਾਂ ਕਰ ਲਓ, ਕਾਰਾਂ ਕਰ ਲਿਓ, ਟਰੱਕ ਕਰ ਲਿਓ, ਪ੍ਰਬੰਧ ਕਰ ਲਿਓ ਗੱਡੀਆਂ ਦਾ, ਪਿੰਡਾਂ ਦੇ ਪਿੰਡ ਉੱਥੇ ਪਹੁੰਚਣ ਗੁਰੂ ਜੀ ਦੀ ਮਿਹਰ ਦੇ ਨਾਲ। ਬੇਸ਼ੱਕ ਸਰਦੀ ਹੁਣ ਸ਼ੁਰੂ ਹੋ ਰਹੀ ਹੈ, ਉਦੋਂ ਤੱਕ ਥੋੜ੍ਹੀ ਜਿਹੀ ਠੰਡ ਹੋਰ ਵੱਧ ਜਾਣੀ ਹੈ, ਪਰ ਠੰਡ ਦੀ ਪਰਵਾਹ ਨਾ ਕਰਿਓ ਜੀ, ਬੇਨਤੀ ਹੈ। ਆਹ ਗਰੰਟੀ ਨਾਲ ਕਹਿ ਰਹੇ ਹਾਂ, ਹਿੱਕ ਤੇ ਹੱਥ ਮਾਰ ਕੇ ਉਹਦੀ ਕਿਰਪਾ ਨਾਲ, ਤੁਸੀਂ ਠੰਡ ਦੀ ਪਰਵਾਹ ਨਾ ਕਰਿਓ। ਉਹ ਬਾਬਾ ਬੁੱਢਾ ਸਾਹਿਬ ਤੁਹਾਡੇ ਔਗਣਾਂ ਦੀ, ਤੁਹਾਡੇ ਦੁੱਖਾਂ ਦੀ ਵੀ ਪਰਵਾਹ ਨਹੀਂ ਕਰਨਗੇ, ਝੋਲੀਆਂ ਭਰ ਕੇ ਭੇਜਣਗੇ। ਧੰਨ ਗੁਰੂ ਰਾਮਦਾਸ ਜੀ। ਧੰਨ ਗੁਰੂ ਰਾਮਦਾਸ ਜੀ। ਪਿਆਰ ਨਾਲ ਲਖੋ ਨਾ ਜੀ, ਧੰਨ ਬਾਬਾ ਦੀਪ ਸਿੰਘ ਜੀ। ਮੇਰੀ ਬੇਨਤੀ, ਠੰਡ ਦੀ, ਮੌਸਮ ਦੀ ਕਿਸੇ ਨੇ ਪਰਵਾਹ ਨਹੀਂ ਕਰਨੀ, ਆਸਰਾ ਲੈ ਕੇ ਸ਼ਹੀਦ ਸਿੰਘਾਂ ਦਾ ਸਭ ਨੇ ਪਹੁੰਚ ਜਾਣਾ। ਬਾਬਾ ਬੁੱਢਾ ਜੀ ਉਹ ਗੁਰੂ ਕੇ ਸਿੱਖ ਜਿਨ੍ਹਾਂ ਦੇ ਬਾਬਤ ਗੁਰੂ ਨਾਨਕ ਨੇ ਬਚਨ ਕੀਤਾ ਸੀ, ਤੈਥੋਂ ਓਹਲੇ ਨਾ ਹੋਸਾਂ। ਬਾਬਾ ਬੁੱਢਾ ਜੀ ਮੈਂ ਤੇਰੇ ਤੋਂ ਕਦੀ ਵੀ ਓਹਲੇ ਨਹੀਂ ਹੋ ਸਕਦਾ। ਬਾਬਾ ਬੁੱਢਾ ਜੀ ਦੇ ਕੋਲ ਲੋਕ ਪਰਲੋਕ ਦੀਆਂ ਦਰਗਾਹ ਦੀਆਂ ਚਾਬੀਆਂ ਨੇ, ਤੇ ਸਾਰਿਆਂ ਨੂੰ ਬੇਨਤੀ ਕਰਦਾ ਵੱਧ ਤੋਂ ਵੱਧ ਵੱਡੀ ਗਿਣਤੀ ਦੇ ਵਿੱਚ ਸਭ ਨੇ ਪਰਿਵਾਰਾਂ ਸਮੇਤ ਪਹੁੰਚਣਾ, ਆਪਣੇ ਪੁੱਠੇ ਕਰਮਾਂ ਨੂੰ ਸਿੱਧਿਆਂ ਕਰਾਉਣਾ। ਕੋਈ ਵੀ ਕੰਮ ਤੁਹਾਡਾ ਅਟਕਿਆ ਪਿਆ ਨਾ, ਤੁਹਾਨੂੰ ਪਤਾ ਹੀ ਹੈ, ਰਹਿਣ ਸਬਾਈਆਂ ਵਿੱਚ ਜਦੋਂ ਅਸੀਂ ਅਰਜ਼ੀ ਲਾਉਂਦੇ ਹਾਂ, ਬਾਪੂ ਜੀ ਉਸੇ ਵੇਲੇ ਕਬੂਲ ਕਰ ਲੈਂਦੇ ਨੇ। ਇਹ ਫਾਸਟ ਟਰੈਕ ਕੰਮ ਹੁੰਦਾ ਹੈ। ਇੱਕ ਕੰਮ ਹੁੰਦਾ ਜਦੋਂ ਅਸੀਂ ਕਿਤੇ ਵੀਜ਼ਾ ਅਪਲਾਈ ਕਰੀਏ ਨਾ, ਨੋਰਮਲ ਪ੍ਰੋਸੈਸ, ਕਈ ਵਾਰੀ ਵੀਜ਼ਾ ਆਉਂਦਿਆਂ ਮਹੀਨਾ ਵੀ ਲੱਗ ਜਾਂਦਾ, 2 ਮਹੀਨੇ ਵੀ। ਫਾਸਟ ਟਰੈਕ ਤੇ ਕਰੋ, ਉਹੀ ਮਹੀਨੇ ਵਾਲਾ ਕੰਮ ਦੋਵਾਂ ਚੌਵਾਂ ਦਿਨਾਂ 'ਚ ਹੋ ਜਾਂਦਾ। ਇਹ ਮੇਰੀ ਬੇਨਤੀ, ਕਿਸੇ ਵੀ ਪ੍ਰੇਮੀ ਨੇ 24 ਨਵੰਬਰ ਦਿਨ ਐਤਵਾਰ ਬਾਬਾ ਬੁੱਢਾ ਜੀ ਦੀ ਬੀੜ, ਬਾਬਾ ਬੁੱਢਾ ਜੀ ਦੇ ਪਾਵਨ ਪਵਿੱਤਰ ਅਸਥਾਨ ਝਬਾਲ ਉੱਥੇ ਪਹੁੰਚਣ ਦੀ ਕਿਰਪਾ ਕਰਨੀ। ਕਿਸੇ ਨੇ ਗੈਰ ਹਾਜ਼ਰੀ ਨਹੀਂ ਕਰਨੀ। ਔਰ ਜਿਹੜੀਆਂ ਸੰਗਤਾਂ ਨੂੰ ਇਸ ਜਗ੍ਹਾ ਦਾ ਨਹੀਂ ਪਤਾ, ਉਹ ਦੁਪਹਿਰੀ 3 ਵਜੇ, ਐਤਵਾਰ ਦੁਪਹਿਰੀ 24 ਤਰੀਕ ਨੂੰ, ਐਤਵਾਰ ਦੁਪਹਿਰੀ 3 ਵਜੇ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਵਿਖੇ ਪਹੁੰਚਿਓ। ਉੱਥੋਂ ਫਿਰ ਬੱਸਾਂ ਦਾ ਪ੍ਰਬੰਧ ਹੋਏਗਾ, ਜਿਹੜੀਆਂ ਤੁਹਾਨੂੰ ਉੱਥੇ ਲੈ ਵੀ ਜਾਣਗੀਆਂ ਵਾਪਸੀ ਸਮਾਪਤੀ ਤੋਂ ਬਾਅਦ, ਜੋ ਭਲਾਈ ਕੇਂਦਰ ਵਿਖੇ ਅੰਮ੍ਰਿਤਸਰ ਸ਼ਹਿਰ ਵਿਖੇ ਛੱਡ ਵੀ ਦੇਣਗੀਆਂ। ਤੇ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ। ਬਾਪੂ ਦੀਪ ਸਿੰਘ ਦੀਆਂ, ਬਾਬਾ ਬੁੱਢਾ ਸਾਹਿਬ ਦੀਆਂ ਸਭ ਨੇ ਖੁਸ਼ੀਆਂ ਲੈਣੀਆਂ। ਜਿਹੜੇ ਬਾਹਰ ਸੁਣਦੇ ਹੋ, ਟਿਕਟਾਂ ਟੁਕਟਾਂ ਬੁੱਕ ਕਰਾ ਲਓ। ਸੋਮਵਾਰ ਬੇਸ਼ੱਕ ਸਕੂਲਾਂ ਦਾ ਕਈਆਂ ਦਾ ਦੇਣੇ ਬੱਚਿਆਂ ਦਾ, ਪਰ ਇੱਕ ਦਿਨ ਛੁੱਟੀ ਵੀ ਕਰਾ ਲਓਗੇ, ਕੋਈ ਫਰਕ ਨਹੀਂ ਪੈਣਾ। ਇਹ ਮੇਰੀ ਬੇਨਤੀ, ਕੋਈ ਘਰ 'ਚ ਰੁਝੇਵਾਂ ਆਵੇ, ਵਿਆਹ ਸ਼ਾਦੀ ਆਵੇ, ਕਿੰਨੀਆਂ ਕਿੰਨੀਆਂ ਛੁੱਟੀਆਂ ਕਰਾ ਲੈਂਦੇ। ਬਾਬੇ ਲਈ ਇੱਕ ਦਿਨ ਛੁੱਟੀ ਕਰਾ ਲਓਗੇ ਨਾ, ਬਰਕਤਾਂ ਹੀ ਪੈਣੀਆਂ, ਘਾਟਾ ਨਹੀਂ ਜੇ ਪੈਣਾ। ਆਖੋ ਧੰਨ ਗੁਰੂ ਰਾਮਦਾਸ ਜੀ। ਇਹ ਬੇਨਤੀ ਆ ਪ੍ਰਮਾਨ ਵਾਹੇ
ਤੁਮਰੀ ਸਰਣ ਤੁਮਾਰੀ ਆਸਾ ਤੁਮ ਹੀ ਸੱਜਣ ਸੁਹੇਲੇ ਰੱਖੋ ਰੱਖਣ ਹਾਰ ਦਿਆਲਾ ਨਾਨਕ ਕਰਕੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਲਖੁਨ ਜੀ ਧੰਨ ਬਾਬਾ ਦੀਪ ਸਿੰਘ ਗੁਰੂ ਰਾਮਦਾਸ ਜੀ ਨੇ ਤਰਸ ਵਰਤਾਇਆ ਬਾਬਾ ਦੀਪ ਸਿੰਘ ਜੀ ਨੇ ਤਰਸ ਵਰਤਾਇਆ ਆਪਣੇ ਪਰਿਵਾਰਕ ਮੈਂਬਰਾਂ ਨੂੰ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪ੍ਰੇਰਨਾ ਕਰਕੇ ਆਪਣੀ ਗੋਦੀ ਦੇ ਵਿੱਚ ਬਿਠਾਇਆ ਆਓ ਬੜੇ ਪਿਆਰ ਦੇ ਵਿੱਚ ਅੰਮ੍ਰਿਤ ਵੇਲੇ ਦਾ ਸਮਾਂ ਵਾਹਿਗੁਰੂ ਗੁਰਮੰਤਰ ਦੇ ਜਾਪ ਦੇ ਵਿੱਚ ਸਾਰੀ ਸੰਗਤ ਪਿਆਰ ਨਾਲ ਜੁੜਿਓ ਜਿੱਥੇ ਗੁਰੂ ਪਿਤਾ ਜੀ ਦੀ ਗੋਦੀ ਦੇ ਵਿੱਚ ਤੁਸੀਂ ਜੁੜ ਬੈਠੇ ਹੋ ਉੱਥੇ ਬੇਅੰਤ ਪਰਿਵਾਰਕ ਮੈਂਬਰ ਸਾਡੇ ਯੂਟਿਊਬ ਚੈਨਲ ਦੇ ਰਾਹੀਂ ਵੀ ਜੁੜੇ ਨੇ ਸਭ ਨੂੰ ਬੇਨਤੀ ਕਰਦਾ ਅੱਗੇ ਤੋਂ ਅੱਗੇ ਅੱਗੇ ਤੋਂ ਅੱਗੇ ਲਿੰਕ ਜ਼ਰੂਰ ਸ਼ੇਅਰ ਕਰ ਦਿਓ ਤਾਂ ਜੋ ਹੋਰ ਸੰਗਤਾਂ ਅੰਮ੍ਰਿਤ ਵੇਲੇ ਦੇ ਨਾਲ ਜੁੜ ਸਕਣ ਜਿਨ੍ਹਾਂ ਨੇ ਭਾਈ ਅਮਨਦੀਪ ਸਿੰਘ ਜੀ ਓਫੀਸ਼ੀਅਲ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਕਿਰਪਾ ਕਰਕੇ ਕਰ ਲਓ ਆਓ ਭਾਵਨਾ ਹੋਈ ਗੁਰੂ ਰਾਮਦਾਸ ਬੈਠੇ ਗੁਰੂ ਗ੍ਰੰਥ ਸਾਹਿਬ ਦੇ ਰੂਪ ਦੇ ਵਿੱਚ ਚਰਨਾਂ ਵਿੱਚ ਬਾਬਾ ਦੀਪ ਸਿੰਘ ਸਾਹਿਬ ਬੈਠੇ ਸਾਰੀ ਸੰਗਤ ਪਿਆਰ ਦੇ ਨਾਲ ਲਾਇਓ ਜੀ ਹਾਜ਼ਰੀਆਂ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕੋ ਸੀ ਪੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕੋ ਸੀ ਪੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕੋ ਸੀ ਪੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਹੈ ਪੀ ਸਚ ਨਾਨਕੋ ਸੀ ਪੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਨਾਨਕੋ ਸੀ ਪੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਨਾਨਕੋ ਸੀ ਪੀ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਨਾਨਕੋ ਸੀ ਪੀ ਸਚ ਵਾਹਿਗੁਰੂ 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 ਵਾਹਿਗੁਰੂ
ਜੁੜ ਜਾਓ। ਵਾਹਿਗੁਰੂ 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 ਵਾਹਿਗੁਰੂ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ ਸਿੰਘ, ਮਾਰੋ ਵਜਾ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਧੰਨ ਗੁਰੂ ਰਾਮਦਾਸ ਜੀ, 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 ਧੰਨ ਗੁਰੂ ਰਾਮਦਾਸ ਜੀ। ਬਾਬਾ ਦੀਪ ਸਿੰਘ ਜੀ, 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 ਬਾਬਾ ਦੀਪ, ਕਰੋ ਪੁਕਾਰਾ ਸਾਰੇ, ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ। ਵਾਹਿਗੁਰੂ 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 ਵਾਹਿਗੁਰੂ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ, ਅਕਾਲ ਮੂਰਤ ਅਜੂਨੀ ਸਹਿਬ, ਗੁਰ ਪ੍ਰਸਾਦ ਜਪ ਆਦਿ ਸਚ, ਜੁਗਾਦ ਸਚ ਹੈ ਪੀ ਸਚ, ਨਾਨਕੋ ਸੀ ਪੀ ਸਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ, ਅਕਾਲ ਮੂਰਤ ਅਜੂਨੀ, ਗੁਰ ਪ੍ਰਸਾਦ ਜਪ ਆਦ ਸਚ, ਜੁਗਾਦ ਸਚ ਹੈ ਪੀ ਸਚ, ਨਾਨਕੋ ਸੀ ਪੀ ਸਚ। ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ, ਅਕਾਲ ਮੂਰਤ ਅਜੂਨੀ ਸੈਭੰ,
ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਨਾਨਕ ਹੋਸੀ ਪਿਸ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈਪੀ ਸੱਚ ਨਾਨਕ ਹੋਸੀ ਪਿਸ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦਿ ਸੱਚ ਹੈਪੀ ਸੱਚ ਨਾਨਕ ਹੋਸੀ ਪਿਸ ਇੱਕ ਓਅੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦਿ ਸੱਚ ਹੈਪੀ ਸੱਚ ਨਾਨਕ ਹੋਸੀ ਪੀ ਸੱਚ ਵਾਹਿਗੁਰੂ 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 ਸਿੰਘ ਜੀ ਬਾਬਾ ਦੀਪ ਸਿੰਘ ਜੀ
ਮਰੋ ਵਜਾ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਧੰਨ ਗੁਰੂ ਰਾਮਦਾਸ 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 ਜੀ ਬਾਬਾ ਦੀਪ ਸਿੰਘ 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 ਜੀ ਬਾਬਾ ਦੀਪ ਕਰੋ ਪੁਕਾਰਾਂ ਸਾਰੇ ਬਾਬਾ ਦੀਪ ਸਿੰਘ ਜੀ ਬਾਬਾ ਦੀਪ ਸਿੰਘ ਜੀ ਵਾਹਿਗੁਰੂ 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 ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸਹਿਬ ਗੁਰ ਪ੍ਰਸਾਦ ਜਪ ਆਦਿ ਸਚ ਜੁਗਾਦ ਸਚ ਹੈ ਪੀ ਸਚ ਨਾਨਕੋ ਸੇ ਪੀ ਸਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕੋ ਸੇ ਪੀ ਸਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਨਾਨਕੋ ਸੇ ਪੀ ਸਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕੋ ਸੇ ਪੀ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਹੈ ਪੀ ਸਚ ਨਾਨਕੋ ਸੇ ਪੀ ਸਚ ਇੱਕ ਓਅੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਭੈ
ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸੱਚ ਹੈ ਪੀ ਸੱਚ ਨਨ ਖੋਸੀ ਪੀ ਸੱਚ ਧੰਨ ਗੁਰੂ ਰਾਮਦਾਸ ਜੀ ਮੈਂ ਤੇਰਾ ਗੁਰੂ ਰਾਮਦਾਸ ਜੀ ਮੈਂ ਤੇਰਾ ਗੁਰੂ ਰਾਮਦਾਸ ਜੀ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਮੈਂ ਤੇਰਾ ਤੂੰ ਮੇਰਾ ਦੀਪ ਸਿੰਘ ਜੀ ਮੈਂ ਤੇਰਾ ਧੰਨ ਬਾਬਾ ਦੀਪ ਸਿੰਘ ਜੀ ਮੈਂ ਤੇਰਾ ਵਾਹਿਗੁਰੂ 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 ਸਭ ਦੀ ਆਵਾਜ਼ ਆਵੇ ਵਾਹਿਗੁਰੂ 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 ਵਾਹਿਗੁਰੂ
Vai, Ru, 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 V
ਵਾਹਿਗੁਰੂ 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 ਸੰਗਤ ਦੀ ਆਵਾਜ਼ ਵਾਹਿਗੁਰੂ 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 ਬੋਰੁੱਚੀ ਗੁਰੂ ਵਾਹਿਗੁਰੂ 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 ਮਾਰੋ ਆਵਾਜ਼ਾਂ ਵਾਹਿਗੁਰੂ ਗੁਰੂ ਰਾਮਦਾਸ ਨੂੰ ਮਾਰੋ ਵਾਜਾ ਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿ
ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸਚ ਜੁਗਾਦ ਸਚ ਨਾਨਕੋ ਸੀ ਪੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਗੁਰ ਪ੍ਰਸਾਦ ਜਪ ਆਦ ਸਚ ਸਰੇ ਸੀ ਪੀ ਸੱਚ ਇੱਕ ਓਅੰਕਾਰ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭ ਗੁਰ ਪ੍ਰਸਾਦ ਜਪ ਆਦ ਸੱਚ ਹੈ ਪੀ ਸੱਚ ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਤੁਹਾਡੀ ਆਵਾਜ਼ ਸਭ ਦੀ ਵਾਹਿਗੁਰੂ 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 ਸ਼ੁਕਰਾਨੇ ਗੁਰੂ ਵਾਹਿਗੁਰੂ 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 ਸ਼ੁਕਰਾਨੇ ਗੁਰੂ ਵਾਹਿਗੁਰੂ 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 ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਪਿਆਰ ਨਾਲ ਆਖੋ ਨਾ ਜੀ ਧੰਨ ਬਾਬਾ ਦੀਪ ਸਿੰਘ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਰਾਮਦਾਸ ਜੀ ਧੰਨ ਬਾਬਾ ਦੀਪ ਸਿੰਘ ਜੀ ਸਤਿ ਸੰਗਤ ਜੀ ਜਿਵੇਂ ਕਿ ਸਾਰੇ ਗੁਰੂ ਰਾਮਦਾਸ ਜੀ ਦੇ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰਾਂ ਨੂੰ ਪਤਾ ਹੈ 24 ਨਵੰਬਰ ਦਿਨ ਐਤਵਾਰ ਰਾਤ ਨੂੰ 9 ਵਜੇ ਤੋਂ ਅੰਮ੍ਰਿਤ ਵੇਲੇ 3 ਵਜੇ ਤੱਕ ਰਹਿਣ ਸਬਾਈ ਸਮਾਗਮ ਰੱਖੇ ਗਏ ਨੇ ਬਾਬਾ ਬੁੱਢਾ ਜੀ ਦੀ ਬੀੜ ਚਬਾਲ ਕਲਾਂ ਵਿਖੇ। ਔਰ ਇਹ ਬੇਨਤੀ ਨੂੰ ਹੁਣ ਧਿਆਨ ਨਾਲ ਸੁਣਿਓ ਔਰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ ਕਿ ਸਾਰੀਆਂ ਸੰਗਤਾਂ ਨੂੰ ਪਤਾ ਅਚਾਨਕ ਮੌਸਮ ਦੇ ਵਿੱਚ ਤਬਦੀਲੀ ਹੋਣ ਕਰਕੇ ਧੁੰਦਾਂ ਸਮੇਂ ਤੋਂ ਪਹਿਲਾਂ ਪੈਣ ਕਰਕੇ ਮੇਰੀ ਬੇਨਤੀ ਪਿਆਰੇ ਹੋ ਮੌਸਮ ਦੇ ਵਿੱਚ ਤਬਦੀਲੀ ਹੋਣ ਕਰਕੇ ਇਹ ਜੋ ਪ੍ਰੋਗਰਾਮ ਹੈ ਉਹ 9 ਵਜੇ ਉਸੇ ਤਰ੍ਹਾਂ ਰੂਟੀਨ ਨਾਲ ਸ਼ੁਰੂ ਹੋਣਾ ਹੈ। ਪਰ ਜਿਹੜੀਆਂ ਦੂਰ ਦੁਰੇਡੇ ਤੋਂ ਆਉਣ ਵਾਲੀਆਂ ਸੰਗਤਾਂ ਨੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਤਕਰੀਬਨ ਆਪ ਜੀ 2-2:30 ਵਜੇ ਦੇ ਕਰੀਬ ਹੀ ਬਾਬਾ ਬੁੱਢਾ ਜੀ ਦੀ ਬੀੜ ਪਹੁੰਚ ਜਾਇਓ ਤਾਂ ਜੋ ਤੁਹਾਨੂੰ ਕਿਸੇ ਗੱਲ ਦੀ ਪਰੇਸ਼ਾਨੀ ਨਾ ਹੋਵੇ। ਔਰ ਜਿਹੜੀਆਂ ਸੰਗਤਾਂ ਨੂੰ ਬਾਬਾ ਬੁੱਢਾ ਜੀ ਦੀ ਬੀੜ ਬਾਰੇ ਨਹੀਂ ਪਤਾ ਉਹ ਦੁਪਹਿਰੀ 2 ਵਜੇ ਦੇ ਕਰੀਬ ਕਰੀਬ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਸਾਰੀਆਂ ਸੰਗਤਾਂ ਪਹੁੰਚਣ ਦੀ ਕਿਰਪਾਲਤਾ ਕਰਿਓ। ਉੱਥੋਂ ਫਿਰ ਬੱਸਾਂ ਦਾ ਪ੍ਰਬੰਧ ਕੀਤਾ ਹੋਇਆ ਜੋ ਤੁਹਾਨੂੰ ਬਾਬੇ ਬੁੱਢੇ ਦੀ ਬੀੜ ਲੈ ਵੀ ਜਾਣਗੀਆਂ ਔਰ ਵਾਪਸੀ ਸਮਾਪਤੀ ਤੋਂ ਬਾਅਦ ਬੀਬੀ ਕੌਲਾਂ ਜੀ ਭਲਾਈ ਕੇਂਦਰ ਤਰਨ ਤਾਰਨ ਰੋਡ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਛੱਡ ਵੀ ਦੇਣਗੀਆਂ। ਮੌਸਮ ਦੀ ਪਰਵਾਹ ਨਾ ਕਰਿਓ ਜੀ, ਇਹ ਮੈਂ ਗਰੰਟੀ ਨਾਲ ਕਹਿ ਰਿਹਾ ਗੁਰੂ ਰਾਮਦਾਸ ਜੀ ਦੀ ਕਿਰਪਾ ਨਾਲ। ਇਹ ਗਰੰਟੀ ਵੀ ਮੈਨੂੰ ਗੁਰੂ ਪਿਤਾ ਨੇ ਦਿੱਤੀ ਹੈ, ਸ਼ਹੀਦ ਸਿੰਘਾਂ ਨੇ ਦਿੱਤੀ, ਕੋਈ ਆਪਣੇ ਬਲ ਨਾਲ ਨਹੀਂ। ਇਹ ਮੇਰੀ ਬੇਨਤੀ ਗਰੰਟੀ ਨਾਲ ਕਹਿ ਰਿਹਾ, ਤੁਸੀਂ ਮੌਸਮ ਦੀ ਪਰਵਾਹ ਨਾ ਕਰਿਓ। ਬਾਬਾ ਬੁੱਢਾ ਸਾਹਿਬ ਜੀ ਤੁਹਾਡੇ ਦੁੱਖਾਂ ਤਕਲੀਫਾਂ ਦੀ ਪਰਵਾਹ ਨਾ ਕਰਦੇ ਹੋਏ, ਤੁਹਾਡੇ ਔਗਣਾਂ ਦੀ ਸਾਡੇ ਔਗਣਾਂ ਦੀ ਪਰਵਾਹ ਨਾ ਕਰਦੇ ਹੋਏ ਸਾਨੂੰ ਲੋਕ ਪਰਲੋਕ ਦੀਆਂ ਦਾਤਾਂ ਨਾਲ ਨਿਵਾਜ ਕੇ ਹੀ ਇਸ ਅਸਥਾਨ ਤੋਂ ਤੋਰਨਗੇ। ਔਰ ਬੜਾ ਵੱਡਾ ਅਸਥਾਨ ਹੈ,
ਜਿਸ ਅਸਥਾਨ ਤੇ ਧੰਨ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਨੇ ਸਾਡੇ ਮਾਂ ਜੀ ਮਾਤਾ ਗੰਗਾ ਜੀ ਨੂੰ ਆਪ ਪੁੱਤਰ ਦੀ ਦਾਤ ਲੈਣ ਵਾਸਤੇ ਬਾਬਾ ਬੁੱਢਾ ਜੀ ਦੇ ਕੋਲ ਭੇਜਿਆ ਸੀ। ਔਰ ਤੁਹਾਨੂੰ ਪਤਾ ਹੈ ਜਦੋਂ ਬਾਬਾ ਬੁੱਢਾ ਸਾਹਿਬ ਜੀ ਨੇ ਉਹ ਗੰਢਾ ਭੰਨਿਆ ਤੇ ਮਾਂ ਜੀ ਨੂੰ ਮੰਗਣ ਦੀ ਵੀ ਲੋੜ ਨਹੀਂ ਸੀ ਪਈ। ਬਾਬਾ ਜੀ ਨੇ ਇਹੋ ਹੀ ਗੱਲ ਕਹੀ ਸੀ ਜਿਵੇਂ ਅਸੀਂ ਇਹ ਗੰਢਾ ਭੰਨਿਆ ਇਹੋ ਜਿਹਾ ਪੁੱਤਰ ਹੋਏਗਾ ਜਿਹੜਾ ਵੈਰੀਆਂ ਦੇ ਸਿਰ ਭੰਨੇਗਾ। ਇਹ ਮੇਰੀ ਬੇਨਤੀ ਪਿਆ ਦਿਓ ਲੋਕ ਪਰਲੋਕ ਦੀਆਂ ਦਾਤਾਂ ਲੁੱਟਣ ਦਾ ਸਮਾਂ, ਕੋਈ ਪ੍ਰੇਮੀ ਗੈਰ ਹਾਜ਼ਰੀ ਨਾ ਕਰਿਓ। 100-100, 200-200 ਪ੍ਰੇਮੀਆਂ ਨੂੰ ਨਾਲ ਲੈ ਕੇ ਬੱਸਾਂ ਤੇ ਟਰੱਕਾਂ ਤੇ ਜਿਵੇਂ ਜਿਵੇਂ ਵੀ ਤੁਸੀਂ ਪ੍ਰਬੰਧ ਕਰ ਸਕਦੇ ਹੋ ਸਾਰੀਆਂ ਸੰਗਤਾਂ ਨੇ ਦਰਸ਼ਨ ਦੇਣ ਦੀ ਕਿਰਪਾਲਤਾ ਕਰਨੀ। ਔਰ ਇਸ ਮੈਸੇਜ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦੇਣਾ। ਇਹ ਉਹੋ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਜਿਨ੍ਹਾਂ ਦੇ ਬਾਬਤ ਗੁਰੂ ਨਾਨਕ ਸਾਹਿਬ ਨੇ ਕਿਹਾ ਸੀ ਤੈਥੋਂ ਓਹਲੇ ਨਾ ਹੋਸਾ। ਇਹ ਉਹੋ ਹੀ ਬਾਬਾ ਬੁੱਢਾ ਸਾਹਿਬ ਜੀ ਨੇ ਜਿਨ੍ਹਾਂ ਦੇ ਕੋਲ ਦਰਗਾਹ ਦੀਆਂ ਚਾਬੀਆਂ ਨੇ, ਲੋਕ ਪਰਲੋਕ ਦੀਆਂ ਦਾਤਾਂ ਨੇ। ਆਓ ਭਾਗਾਂ ਵਾਲਿਓ, ਲੋਕ ਪਰਲੋਕ ਦੀਆਂ ਦਾਤਾਂ ਦੇ ਨਾਲ ਝੋਲੀਆਂ ਭਰਮਾਉਣ ਦਾ ਸਮਾਂ। 100-100, 200-200 ਪ੍ਰੇਮੀਆਂ ਨੂੰ ਨਾਲ ਲੈ ਕੇ ਵਹੀਰਾਂ ਕੱਚ ਕੇ ਔਰ ਗਰੰਟੀ ਦੇ ਰਹੇ ਹਾਂ ਤੁਸੀਂ ਰਹਿਣ ਸਬਾਈ ਸਮਾਗਮ ਦੇ ਵਿੱਚ ਆ ਕੇ ਹਾਜ਼ਰੀਆਂ ਭਰ ਲਿਓ। ਬਾਬਾ ਬੁੱਢਾ ਸਾਹਿਬ ਜੀ ਕੋਲੋਂ ਜਿਹੜੀਆਂ ਮਰਜ਼ੀ ਦਾਤਾਂ ਤੁਸੀਂ ਲੁੱਟ ਕੇ ਲੈ ਜਿਓ। ਇਸ ਮੈਸੇਜ ਨੂੰ ਵੱਧ ਤੋਂ ਵੱਧ ਅੱਗੇ ਸ਼ੇਅਰ ਕਰਨਾ ਨਾ ਭੁੱਲਿਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਗਲੀ ਜਿਹੜੀ ਪਾਠਾਂ ਦੀ ਅਰਦਾਸ, ਕਿਉਂਕਿ ਦੋ ਵਾਰੀ ਸਾਲ ਚ ਉਪਰਾਲਾ ਹੁੰਦਾ, ਇੱਕ ਗੁਰੂ ਰਾਮਦਾਸ ਜੀ ਦੇ ਗੁਰਪੁਰਬ ਤੇ ਇੱਕ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ ਤੇ। ਬਾਬਾ ਦੀਪ ਸਿੰਘ ਜੀ ਦਾ ਆਗਮਨ ਦਿਨ ਮਨਾਉਣਾ 27 ਜਨਵਰੀ ਨੂੰ ਇੱਥੇ ਚੁਪਹਿਰੇ ਚ। ਹੁਣ ਘਰ ਜਾਣਾ, ਘਰ ਜਾਂਦਿਆਂ ਹੀ ਨਵੀਆਂ ਕਾਪੀਆਂ ਹੁਣ ਲਾ ਲਓ ਫਿਰ ਦੁਬਾਰਾ, ਉਹਨਾਂ 'ਚ ਰੋਜ਼ ਦੀ ਗਿਣਤੀ ਲਿਖਣੀ ਸ਼ੁਰੂ ਕਰ ਦਿਓ। ਇੰਨੇ ਪਾਠ ਜਪਜੀ ਸਾਹਿਬ, ਇੰਨੇ ਸੁਖਮਨੀ ਸਾਹਿਬ ਜਾਂ ਸਹਿਜ ਪਾਠ, ਜੋ ਵੀ ਤੁਸੀਂ ਬਾਣੀ ਪੜ੍ਹਨੀ ਨਿੱਤ ਨੇਮ ਤੋਂ ਇਲਾਵਾ। 27 ਜਨਵਰੀ ਨੂੰ ਹੁਣ ਬਾਬਾ ਦੀਪ ਸਿੰਘ ਜੀ ਦੇ ਆਗਮਨ ਪੁਰਬ ਦੀ ਖੁਸ਼ੀ ਦੇ ਵਿੱਚ ਇੱਥੇ ਅਰਦਾਸ ਹੋਣੀ ਚੁਪਹਿਰੇ ਦੇ ਵਿੱਚ। ਅਤੇ ਸੱਚੀ ਗੱਲ ਹੈ, ਬਾਬਾ ਦੀਪ ਸਿੰਘ ਜੀ ਨੇ ਵੀ ਸਾਨੂੰ ਕਿਸੇ ਨੂੰ ਖਾਲੀ ਨਹੀਂ ਜੇ ਮੋੜਨਾ। ਹੁਣ ਦਾਤਾਂ ਤੁਸੀਂ ਸਾਂਭਣ ਵਾਲੇ ਬਣੇ ਹੋ, ਆਖੋ ਧੰਨ ਗੁਰੂ ਰਾਮਦਾਸ ਜੀ। ਤੁਸੀਂ ਕਹਿੰਦੇ ਹੋ ਨਾ ਝੋਲੀਆਂ ਨਹੀਂ ਭਰਦੀਆਂ, ਹੁਣ ਝੋਲੀਆਂ ਭਰਵਾਉਣ ਵਾਲੇ ਬਣਨਾ ਤੁਸੀਂ। ਗੁਰੂ ਰਾਮਦਾਸ ਬਾਪੂ ਦੀਪ ਸਿੰਘ ਨੇ ਕਿਸੇ ਨੂੰ ਖਾਲੀ ਨਹੀਂ ਜੇ ਮੋੜਨਾ। ਤੁਹਾਡੇ ਘਰਾਂ ਵਿੱਚ ਕੋਈ ਕੰਮ ਕਰਨ ਵਾਲੀ ਵੀ ਹੈ, ਕੋਈ ਕੰਮ ਕਰਨ ਵਾਲਾ ਵੀ ਹੈ ਤੁਹਾਡੀਆਂ ਦੁਕਾਨਾਂ ਤੇ ਹੱਟੀਆਂ ਤੇ, ਉਹਨਾਂ ਦੀਆਂ ਵੀ ਕਾਪੀਆਂ ਲਵਾ ਦਿਓ। ਕੋਈ ਦੁੱਧ ਦੇਣ ਵੀ ਆਵੇ ਉਹਨੂੰ ਵੀ ਕਹੋ ਬਈ ਬਾਬਾ ਦੀਪ ਸਿੰਘ ਜੀ ਦੇ ਆਗਮਨ ਦਿਨ 'ਚ ਕਿੰਨੀ ਹਾਜ਼ਰੀ ਤੂੰ ਲਾਏਗਾ ਬਾਣੀ ਦੀ, ਵਾਹਿਗੁਰੂ ਗੁਰਮੰਤਰ ਦੀ ਸਿਮਰਨ ਦੀ ਕਿੰਨੀ ਹਾਜ਼ਰੀ ਲਾਏਗਾ, ਤੇ ਰੋਜ਼ ਦੀ ਉਹ ਹਾਜ਼ਰੀ ਲਿਖੀ ਚੱਲੋ। 25 ਜਨਵਰੀ ਨੂੰ ਉਹ ਨੰਬਰਾਂ ਤੇ ਤੁਸੀਂ ਫੋਨ ਕਰਕੇ ਮੈਸੇਜ ਕਰਕੇ ਆਪਣੀ ਗਿਣਤੀ ਲਿਖਵਾ ਦੇਣੀ। 27 ਜਨਵਰੀ ਨੂੰ ਚੁਪਹਿਰੇ ਵਾਲੇ ਦਿਨ ਉਹ ਪਾਠਾਂ ਦੀ ਸਾਰੇ ਖੁੱਲ੍ਹੇ ਜਪਤਪ ਦੀ ਅਰਦਾਸ ਹੋਏਗੀ। ਇਹ ਖੁੱਲ੍ਹੇ ਜਪਤਪ ਦੇ ਵਿੱਚ ਕੋਈ ਵੀ ਪਿੱਛੇ ਨਾ ਹਟਿਓ, ਕਲਯੁੱਗ ਨੂੰ ਲੱਤਾਂ ਮਾਰ ਮਾਰ ਕੇ ਭਜਾ ਦਿਓ। ਕਲਯੁੱਗ ਨੇ ਆਪਣਾ ਕੰਮ ਕਰਨਾ, ਤੁਸੀਂ ਆਪਣਾ ਕੰਮ ਨਹੀਂ ਛੱਡਣਾ, ਉਹਨੂੰ ਭਜਾਉਣਾ ਹੈ। ਆਪਾਂ ਮਹਾਰਾਜ ਜੀ ਦੀ ਮਿਹਰ ਦੇ ਨਾਲ ਇਹੋ ਜਿਹੀ ਕ੍ਰਾਂਤੀ ਲਿਆਓ, ਪਤਾ ਲੱਗੇ ਇਹ ਗੁਰੂ ਰਾਮਦਾਸ ਬਾਬਾ ਦੀਪ ਸਿੰਘ ਜੀ ਦੇ ਸੰਗਤ ਰੂਪੀ ਪਰਿਵਾਰਕ ਮੈਂਬਰ ਨੇ, ਇਹਨਾਂ ਦੇ ਉੱਤੇ ਕਲਯੁੱਗ ਦਾ ਕੋਈ ਪ੍ਰਭਾਵ ਨਹੀਂ ਪੈਂਦਾ। ਧੰਨ ਗੁਰੂ ਰਾਮਦਾਸ ਜੀ। ਅਗਲੀ ਪਾਠਾਂ ਦੀ ਡੇਟ ਅਰਦਾਸ ਦੀ 27 ਜਨਵਰੀ, ਕੱਲ੍ਹ ਤੋਂ ਹੀ ਕਾਪੀਆਂ ਲਾ ਲਓ ਤੇ ਰੋਜ਼ਾਨਾ ਆਪਣੇ ਆਪਣੇ ਪਾਠਾਂ ਦੀ ਗਿਣਤੀ ਲਿਖਣੀ ਸ਼ੁਰੂ ਕਰ ਦਿਓ।